ਹਾਂ ਜੀ, ਆ ਮੈਂ ਹੁਣ ਜ਼ਿਆਨ ਦੇ ਨਾ ਸ਼ੂਜ਼ਾਂ ਦੀ ਵੀਡੀਓ ਬਣਾ ਰਹੀ ਹਾਂ। ਜਿਹਨੇ ਪਹਿਲੀ ਦਫ਼ਾ ਪਾਏ ਵਾਈਟ ਅਤੇ ਔਰੇਂਜ ਲੱਗੇ ਤਾਂ ਅੱਛੇ ਆ, ਮਾਸ਼ਾਅੱਲਾ ਬਹੁਤ ਜ਼ਬਰਦਸਤ ਲੱਗੇ ਆ A1। ਲੇਕਿਨ ਹਾਫ ਸਾਹਿਬ ਹੁਣ ਨਾ ਥੋੜ੍ਹਾ ਜਿਹਾ ਇਹਦਾ ਨਾ ਸਟਾਫ ਅਤੇ ਮਟੀਰੀਅਲ ਥੋੜ੍ਹਾ ਜਿਹਾ ਚੇਂਜ ਲਈਓ। ਇਹ ਵੀ ਵੈਸੇ ਅੱਛੇ ਲੱਗੇ ਨੇ, ਲੇਕਿਨ ਉਹ ਕਹਿੰਦਾ ਹੁਣ ਚੇਂਜ ਲੈਣੇ ਮੈਂ। ਅਸਲਾਮੁ ਅਲੈਕੁਮ, ਕਿਆ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਸ਼ੁਕਰ ਅੱਲਾ ਦਾ, ਅਸੀਂ ਵੀ ਠੀਕ ਠਾਕ ਹਾਂ, ਖੈਰ ਖਰੀਅਤ ਦੇ ਨਾਲ ਹਾਂ। ਅਤੇ ਬਸ ਜੀ, ਤੁਸੀਂ ਦੱਸੋ ਕੈਸੇ ਗੁਜ਼ਰੇ ਮੁਹੱਰਮ ਅਤੇ ਗਰਮੀ? ਹੋਏ ਹੋਏ, ਅੱਜ ਵੀ ਨਾ ਬਹੁਤ ਗਰਮੀ ਸੀ, ਪਰ ਹਵਾ ਚੱਲੀ ਆ, ਲੇਕਿਨ ਨਾ ਸਹੀ ਗਰਮ ਮੌਸਮ ਆ। ਜ਼ਰਾ ਵੀ ਪੱਖੇ ਤੋਂ ਬਗੈਰ ਇੱਧਰ ਉੱਧਰ ਨਹੀਂ ਹੋਇਆ ਜਾ ਰਿਹਾ। ਅਤੇ ਹੋਰ ਜੀ, ਆਈ ਸੀ ਹੁਣੇ ਦੇਖ ਪਾ ਕੇ ਥੋੜ੍ਹੀ ਦੇਰ ਪਹਿਲੇ, ਅਤੇ ਉੱਧਰ ਤਕਸੀਮ ਹੋ ਰਹੀ ਆ, ਮਰੀਮ ਕਰ ਰਹੀ ਹੈ ਤਕਸੀਮ ਸਾਰੇ ਮੁਹੱਲੇ 'ਚ। ਅਮਰ ਵੀ ਲੱਗਾ ਨਾਲ, ਬੱਚੇ ਵੀ ਸਾਰੇ ਤਕਰੀਬਨ ਲੱਗੇ ਹੋਏ ਨੇ। ਅਤੇ ਮੈਂ ਕਿਹਾ ਚਲੋ ਮੈਂ ਵੀਡੀਓ ਬਣਾਉਂਦੀ ਹਾਂ ਜਾ ਕੇ, ਪਹਿਲਾਂ ਮੈਂ ਕਿਹਾ ਤੁਹਾਡਾ ਸਲਾਮ ਦੁਆ ਲੈ ਲਵਾਂ। ਅਤੇ ਉਹਦਾ ਧੜਾ ਧੜ ਤਕਸੀਮ ਹੋ ਰਹੀ, ਦੇਗ ਅੰਮੀ ਨੇ ਪਕਵਾਈ ਸੀ ਅੱਜ ਚਨਿਆਂ ਵਾਲੀ ਦੇਗ। ਚਲੋ ਜੀ, ਫਿਰ ਤੁਹਾਡਾ ਉੱਥੇ ਮੁਲਾਕਾਤ ਹੁੰਦੀ ਜਾ ਕੇ, ਹੈ ਦੇਖਾਂ ਕੀ ਕਰ ਰਹੇ ਸਾਰੇ ਘਰ ਵਾਲੇ। ਦਗੜ ਦਗੜ ਹੋ ਰਹੀ ਹਰ ਪਾਸੇ, ਦਗੜ ਦਗੜ। ਇੱਕ ਪਲੇਟ ਹੋਰ ਦੇ, ਇੱਕ ਪਲੇਟ ਹੋਰ ਦੇ, ਇੱਕ ਪਲੇਟ ਰੁਕ ਜਾਣ। ਤੇ ਫਿਰ ਇੱਕ ਉਨਕੇ ਸਾਥ ਵਾਲਾ ਜੋ ਘਰ ਹੈ ਹਮਾਰੇ ਖਾਲੀ ਜਾਂਦੇ ਸਾਥ, ਆ ਪਲੇਟ ਇੱਕ ਹੋਰ ਪਾ ਦੇ, ਕਰ ਦੇ ਦੇਣਾ। ਤੇ ਐ ਉਹ ਕਰ ਦੇ ਦੇਣਾ, ਇਹ ਤਿੰਨ ਪਲੇਟਾਂ ਇੱਕ ਘਰ ਜਾਣੀਆਂ ਨਾ, ਇੱਕ ਪਲੇਟ ਹੋਰ ਪਾ ਨਾ, ਮੈਨੂੰ ਪਤਾ ਹਾਂ ਦੇ, ਇਹਨਾਂ ਨੂੰ ਪਤਾ ਲੱਗਣਾ, ਮੈਂ ਮੈਨੂੰ ਲੱਗ ਗਿਆ, ਮੈਂ ਦੱਸਦਾ। ਬਸ ਇਹ ਖਾਲੀ ਵੀ ਨਹੀਂ ਖਾਂ ਤਾਈਆਂ, ਖਾਲੀ ਡੱਬੇ ਕਾ ਤੋਂ ਇੰਤਜ਼ਾਰ ਕਰ ਬੈਠੀ। ਟੇਸਟ ਦੇ ਦੋ ਉਹ ਜੀ, ਦੇਗ ਤਕਸੀਮ ਕਰ ਦਿੱਤੀ ਜਾਂ ਹੋ ਰਹੀ ਹਾਲੇ? ਚੱਲ ਰੀਬ ਲੈ ਜਾ, ਹੁਣ ਕਿਦੋਂ ਕਿ ਜਾਣੇ, ਲੈ ਜਾ ਇਹਨਾਂ ਨੂੰ। ਉਹਨੂੰ ਤੈਨੂੰ ਕਦੋਂ ਵਕਤ ਚ ਪਾਇਆ ਤਿੰਨ ਤਿੰਨ ਪਲੇਟਾਂ ਇੱਕ ਬੰਦੇ ਨੂੰ? ਮੈਨੂੰ ਲੱਗ ਗਈ ਸਮਝ, ਇੱਕ ਇਸ ਘਰ ਠੀਕ ਆ, ਇੱਕ ਸਾਧ ਘਰ, ਫਿਰ ਤਿੰਨ ਘਰ ਹੈਗੇ ਆ ਸਮੀਨਾ ਹੁਣਾਂ ਦੇ, ਤਿੰਨ ਘਰ ਚਾਚੇ ਰਕਸ਼ੇ ਵਾਲਾ, ਉਹ ਤਿੰਨਾਂ ਘਰਾਂ ਹੀ ਦੇ ਦੇਣੇ ਇੱਕ। ਚਲ ਮੀਰਲ ਹੁਣ ਤੇਰੀ ਵਾਰੀ। ਨਹੀਂ, ਫੌਜੀ ਕੇ ਘਰ ਤੱਕ ਦੇ ਦਿਏ ਥੇ ਨਾ ਮੀਰਲ? ਕਿੱਥੇ ਕਰ ਦਿੱਤੇ? ਫੌਜੀ ਕੋ ਦੇ ਦਿਏ ਥੇ, ਆਂਟੀ ਬੁਸ਼ਰਾ ਕੋ ਦੇ ਦਿਏ ਥੇ, ਆਂਟੀ ਸ਼ਮੀਮ ਕੋ ਦੇ ਦਿਏ। ਠੀਕ ਹੈ ਜੀ, ਆਪ ਫੌਜੀ ਕੇ ਅਗਲਾ ਜੋ ਘਰ ਹੈ, ਹਾਂਜੀ, ਉਨਕੇ ਘਰ ਤੁਮਨੇ ਦੇਨੇ ਹੈ? ਅਰੇ ਫੜਾਓ ਕੇ ਮੈਂ ਜਾਉਂ, ਰੋਕੀ ਭਾਈ ਕੇ ਸਾਥ ਜਾਣਾ, ਸਾਥ ਸਾਥ ਚਲੀ ਜਾ। ਸਹੀ ਹੈ ਨਾ, ਬੜੀ ਨਹੀਂ ਹੈ, ਦੇ ਦੇ ਮੈਨੂੰ ਆ ਕੇ। ਤੂੰ ਇੱਧਰ ਹੋ ਜਾ, ਇੱਧਰ ਦੇਖ, ਤੂੰ ਇੱਧਰ ਹੋ ਜਾ। ਇਹ ਨਾ ਮੇਰੇ ਸਾਥ ਹੁਣ ਬੇਟਾ ਲਿਆ ਬਾਅਦ ਵਿੱਚ ਤੋੜ ਦੂਆ। ਨਹੀਂ ਤੂੰ ਪਲੇਟ ਲੈ ਆਣਾ, ਹੁਣ ਪਾ ਕੇ ਦੇ ਦੇ। ਮੈਂ ਕਿਹਾ ਹੁਣ ਟ੍ਰੇ ਲੈ ਆਇਆ ਨਾ, ਇਹ ਲੈ, ਇਹ ਪਲੇਟ ਛੋਟੀ ਦੇ, ਛੋਟੀ ਪਲੇਟ ਇਹ ਦੇ। ਆਪਾ ਜੇ ਮੈਂ ਫੜ ਲਾਣਾ ਹੋਰ ਪਾ ਨਾ, ਵੀ ਕਿਸ ਕੋ ਦੇਣਾ? ਮੈਂ ਤੁਹਾਨੂੰ ਦੱਸਦਾ ਬੇਟਾ, ਦੱਸਦਾ ਆਪਾ, ਚਾਚੂ ਸਾਰਾ ਦੱਸੇ ਤਾਂ ਠਹਿਰ ਜੀ। ਇਹ ਲਾਈਨ ਮੈਂ ਜਿੰਨੇ ਘਰ ਆ 3 4 ਬਸ, ਉਹ ਜਿਹੜੀ ਲਾਈਨ ਆ ਨਾ ਇਹੀ ਲਾਈਨ, ਫੌਜੀ ਵਾਲੀ ਦੀ ਲਾਈਨ ਸਾਰੀ, ਫੌਜੀ ਕੇ ਆਗੇ ਇਹ ਦੇ ਦੇਗੀ, ਉਸੇ ਆਗੇ ਮੈਂ ਦੇ ਦੂੰਗਾ। ਹਾਂ, ਸਾਰੇ ਘਰ ਦੇ ਕੇ ਆਨੇ, ਆਗੇ ਸਾਰੇ ਘਰ ਜੋ ਹੈ ਨਾ 3 4 ਚਾਰ ਘਰ ਹੈ ਨਾ, ਇੱਕ ਹੋਰ ਬੇਟਾ ਲੈ ਲੈ, ਖੈਰ ਬੇਟਾ ਚਾਵਲ ਤਕਸੀਮ ਹੋ ਰਹਾ ਯਾਰ, ਸਵਾਬ ਲੈ ਰਿਹਾ ਸਾਰੇ। ਉਹ ਬੇਟਾ ਤਿੰਨ ਲੈ ਜੀ ਨਾ, ਇਹ ਨਾ ਕਹੋ ਲੋਕੀ ਘੋੜੇ ਨਹੀਂ ਬੇਟੇ, ਸਾਰਾ ਮਿਲਿਆ ਜੀ, ਇਹ ਕੁਛ ਵੀ ਘੋੜੀ ਥੱਲੇ ਹੈ ਹੀ ਨਹੀਂ। ਇੱਕ ਮਿੰਟ, ਇੱਕ ਹੋਰ ਪਲੇਟ ਲੈ, ਤਾਂ ਫਿਰ ਇੱਥੇ ਹਲੇ ਇੱਕ ਹੋਰ ਰੱਖਣੀ ਹੈ।
ਇੱਕ ਦੋ ਤਿੰਨ ਉੱਤੇ ਚੌਥੀ ਫੌਜੀ ਤੋਂ ਅੱਗੇ ਘਰ ਸਾਰੇ ਦਿਓ ਉਧਰ ਦਿਓ ਫੌਜੀ ਵਾਲੇ ਲੈ ਆਪਣੀ ਇੰਤਜ਼ਾਰ ਕਰਨ ਡਈਆਂ ਦੇ ਦਿਓ ਡੱਬੇ ਭਰ ਦੇ ਉਹਨਾਂ ਦੇ ਨਮਕ ਘੱਟ ਪਤਾ ਨੀ ਮੈਂ ਹਾਲੇ ਚੱਖੇ ਨੀ ਮੈਂ ਆਪਣੇ ਜਿਹੜੇ ਪਕਾਏ ਸੀ ਉਹ ਦੁਪਹਿਰੇ ਖਾਧੇ ਸੀ ਮੈਂ ਨੀ ਖਾਣੇ ਹਾਲੇ ਮੈਂ ਖਾਧੇ ਦੁਪਹਿਰੇ ਮੈਂ ਇੱਦਾਂ ਨੀ ਖਾਂਦੇ ਤੈਨੂੰ ਪਤਾ ਮੈਂ ਨਹੀਂ ਖਾਂਦੀ ਹੁੰਦੀ ਇੱਦਾਂ ਉਹਨੂੰ ਕਿਸੇ ਸਹੇਲੀ ਘਰ ਦੇਣੇ ਹੋਣਗੇ ਆਪਦੇ ਘਰ ਰੀਚ ਤੂੰ ਵੀ ਲੈ ਡੱਬਾ ਡੁੱਬਾ ਉਹ ਕਿੱਧਰ ਗਿਆ ਫਿਰ ਜਿਹੜਾ ਕਿ ਅੰਮੀ ਨੇ ਦੇਖ ਪਕਵਾਈ ਹੈ ਤਕਸੀਮ ਹੋ ਰਹੀ ਹੈ ਤੇ ਹੈ ਅੱਲਾ ਨੇ ਬਥੇਰੀ ਬਰਕਤ ਪਾ ਦਿੱਤੀ ਹੈ ਨਾ ਖੁੱਲਾ ਨੀ ਬੱਜੇ ਹੋਣੇ ਖੁੱਲਾ ਨੀ ਹੁਣ ਬਾਜ਼ਾਰ ਚੱਲੀ ਜਾਣ ਦੇ ਨਾਲ ਬਾਜ਼ਾਰ ਜਾ ਕੇ ਖੁੱਲੇ ਕਰਾਉਂ ਉਹ ਤੂੰ ਕਹਿੰਦੀ ਨੇ 500 ਮੈਨੂੰ ਦੇ ਦਿਓ ਤੇ ਤੁਸੀਂ 1000 ਰੁਪਈਆ ਦੇ ਦਿਓ ਮੇਰੇ ਸੋਨੇ ਤਰਫੋਂ ਮੇਰੇ ਕੋਲ ਵੀ ਅੱਛਾ ਫਿਰ ਤਾਂ ਤੁਹਾਡਾ ਸਰ ਗਿਆ ਫਿਰ ਤਾਂ ਸਰ ਗਿਆ ਨਾ ਉਹਦੇ ਤੋਂ 500 ਦੇ ਦਿਓ ਆਪਣੇ ਤੋਂ 500 ਦੇ ਦਿਓ ਤੁਸੀਂ ਕਹਿ ਦਿਓ ਮੇਰੀ ਆ ਮੇਰਾ ਤਾਂ 100 ਵੱਲੋਂ ਹਾਂ ਸਮਝ ਆ ਗਈ ਕਿ ਹੋਰ ਸਮਝਾਵਾਂ ਸਮਝ ਆ ਗਈ ਅੰਮੀ ਨੂੰ ਵੀ ਅੰਮੀ ਵੀ ਉਹ ਖਾਣੇ ਬਣਾਉਂਦੇ ਦੇਖਦੀ ਰਹਿੰਦੀ ਹਰ ਵੇਲੇ ਅੰਮੀ ਨੂੰ ਨਾ ਲੱਗਦਾ ਹੀ ਨਹੀਂ ਗਲਾਵਾਂ ਜੋ ਸ਼ੀਏ ਲੱਗੇ ਹੋਏ ਹਾਂ ਸ਼ੀਆ ਨੇ ਪਿੱਟਣਾ ਅੰਮੀ ਅੰਮੀ ਸਾਡੇ ਨੇ ਟੀਵੀ ਵਿੱਚ ਖਾਣੇ ਪਕਾਉਂਦੀਆਂ ਬੜੇ ਸ਼ੌਕ ਨਾਲ ਦੇਖਦੀ ਅੰਮੀ ਕਹਿੰਦੀ ਉਹ ਇੱਦਾਂ ਇੱਦਾਂ ਕਰਦੀਆਂ ਤੁਸੀਂ ਵੀ ਕਰਿਆ ਕਰੋ ਖਾਂ ਹਾਂ ਚੌਲ ਮਾਸ਼ਾਅੱਲਾ ਬਹੁਤ ਸੋਹਣੇ ਸੀ ਹਾਂਜੀ ਜ਼ਿਆਨ ਦਾ ਹੋ ਰਿਹਾ ਚਿਕਨ ਬੋਇਲ ਬਥੇਰਾ ਕਿਹਾ ਜ਼ਿਆਨ ਤੂੰ ਵੀ ਅੱਜ ਨਾ ਦੇਖ ਵਾਲੇ ਖਾ ਲਏ ਨਾ ਇਸ ਪੰਗੇ ਮੈਂ ਪੜ ਕੇ ਰਹੀ ਮੈਨੇ ਤੇ ਰੋ ਖਾਣੇ ਨਹੀਂ ਮੈਨੇ ਤੇ ਆਪਣਾ ਹੀ ਖਾਣਾ ਹੈ ਜੀ ਚਿਕਨ ਦੇ ਨਾਲ ਵਾਈਟ ਚਾਵਲ ਅਤੇ ਬਸ ਜੀ ਉਬਾਲਣਾ ਰੱਖਿਆ ਹੋਇਆ ਕਾਲੀ ਮਿਰਚ ਨਮਕ ਅਤੇ ਹਲਦੀ ਪਾ ਕੇ ਉਬਲਦਾ ਤਾਂ ਫਿਰ ਮੈਂ ਚੱਲੀ ਬਾਜ਼ਾਰ ਥੋੜ੍ਹੀ ਦੇਰ ਵਾਸਤੇ ਦੋ ਚਾਰ ਚੀਜ਼ਾਂ ਲੈਣੀਆਂ ਸੀ ਮੈਂ ਚੋਂ ਲੈ ਆਵਾਂ ਜ਼ਰੂਰੀ ਸੀ ਅਤੇ ਫਿਰ ਜੀ ਮੁਲਾਕਾਤ ਹੋਏਗੀ ਤੁਹਾਡੇ ਨਾਲ ਇਨਸ਼ਾ ਅੱਲਾ ਆਹ ਲਓ ਜੀ ਮਾਸ਼ਾ ਅੱਲਾ ਗਰਮਾ ਗਰਮ ਚਾਵਲ ਚਨਿਆਂ ਵਾਲੇ ਅੰਮੀ ਨੇ ਅੱਜ ਬਣਵਾਏ ਮਜ਼ੇਦਾਰ ਵੈਸੇ ਬਣੇ ਫੁੱਲ ਮਜ਼ੇਦਾਰ ਫਿਨਿਸ਼ਡ ਹੋ ਗਈ ਦੇਖ ਚਲੋ ਜੀ ਇਹਨਾਂ ਦੇ ਐਂ ਚਮਕਾ ਛੱਡੀ ਵਿੱਚੋਂ ਤਾਂ ਕੁਛ ਵੀ ਨਜ਼ਰ ਨਹੀਂ ਆ ਰਿਹਾ ਸਾਰੀ ਫਿਨਿਸ਼ਡ ਹੋ ਗਈ ਹਾਂਜੀ ਜੀ ਆ ਮੈਂ ਨਾ ਆੜੂ ਆਏ ਸੀ ਹੁਣੇ ਬਾਜ਼ਾਰੋਂ ਜ਼ਿਆਨ ਲੈ ਕੇ ਆਏ ਸੀ ਅਤੇ ਮੈਂ ਉਹਨੂੰ ਕੱਢ ਰਹੀ ਸੀ ਅਤੇ ਮੈਂ ਕਿਹਾ ਮਾਸ਼ਾਅੱਲਾ ਕਿਆ ਮੋਟੇ ਤਾਜ਼ੇ ਖੂਬਸੂਰਤ ਆੜੂ ਆਏ ਨੇ ਅੱਜ ਉਹ ਸੋਕੜੇ ਦੇ ਮਾਰੇ ਖਾ ਖਾ ਕੇ ਨਾ ਦਿਲ ਹੀ ਭਰ ਗਿਆ ਸੀ ਅਤੇ ਹੁਣ ਮੈਂ ਚੈੱਕ ਕਰਕੇ ਹਟੀ ਹਾਂ ਮੈਂ ਤਾਂ ਸਿਰਫ ਚੈੱਕ ਹੀ ਕੀਤਾ ਖਾਧਾ ਸਾਰਾ ਹੀ ਲਾਫ ਨੇ ਅਤੇ ਬਹੁਤ ਹੀ ਮਿੱਠੇ ਅਤੇ ਲਜ਼ੀਜ਼ ਮਜ਼ਾ ਆ ਗਿਆ